ਅਬ ਕਿਡਨੀ ਨੂੰ ਲੈ ਕੇ ਤਾਂ ਮੈਂ ਸੋ ਲਾਨੇ ਆ, ਕੋਈ ਮੈਨੂੰ ਤਕਲੀਫ ਨਹੀਂ, ਬਾਥਰੂਮ ਮੈਨੂੰ ਖੁੱਲਾ ਆਉਂਦਾ, ਵਾਧੂ ਆਉਂਦਾ। ਕਿਡਨੀ ਰਿਜੈਕਸ਼ਨ ਹੋ ਸਕਦੀ ਹੈ, ਰੇਅਰ ਚਾਂਸਿਸ ਹੁੰਦੇ ਨੇ ਹੋਣ ਦੇ। ਇਹਨਾਂ ਵਾਸਤੇ ਤੇ ਮੇਰੇ ਵਾਸਤੇ ਇੱਕ ਨਵਾਂ ਜੀਵਨ ਹੈ, ਸਾਨੂੰ ਨਵੀਂ ਲਾਈਫ ਮਿਲੀ, ਅਸੀਂ ਪੂਰੇ ਖੁਸ਼ ਹਾਂ। ਡਾਕਟਰ ਅੱਛੇ ਨੇ ਤੇ ਸਾਨੂੰ ਦੇਖੋ ਅੱਜ ਅਸੀਂ ਬਿਲਕੁਲ ਠੀਕ ਹਾਂ। ਰਿਜੈਕਸ਼ਨ ਕੋ ਬਾਇਓਪਸੀ ਕੇ ਦੁਆਰਾ ਡਾਇਗਨੋਸ ਕੀਆ ਗਿਆ ਔਰ ਉਸਕੀ ਟ੍ਰੀਟਮੈਂਟ ਪੂਰੀ ਤਰ੍ਹਾਂ ਸੇ ਕੀ ਗਈ ਔਰ ਜਿਸਕੇ ਬਾਅਦ ਇਨਕਾ ਕਿਡਨੀ ਬਿਲਕੁਲ ਕਿਸੀ ਨਾਰਮਲ ਟ੍ਰਾਂਸਪਲਾਂਟ ਕੀ ਤਰ੍ਹਾਂ ਫੰਕਸ਼ਨ ਕਰ ਰਹੀ ਹੈ। ਡਾਕਟਰ ਵੀ ਅੱਜ ਕੱਲ੍ਹ ਰੱਬ ਦੇ ਦੂਸਰੇ ਰੂਪ ਨੇ, ਸਪੈਸ਼ਲੀ ਇਹੋ ਜਿਹੇ ਡਾਕਟਰ ਜਿਹੜੇ ਵੇਖਣ ਨੂੰ ਹੀ ਰੱਬ ਵਰਗੇ ਨੇ। ਮੈਂ ਜਗਦੀਸ਼ ਪ੍ਰਸ਼ਾਦ, ਤਹਿਸੀਲ ਗੁਰੂ ਸਾਹਿਬ, ਪਿੰਡ ਮੋਠਾਂ ਵਾਲਾ ਦੇ ਰਹਿਣ ਵਾਲਾ, ਮੌਜੂਦਾ ਸਰਪੰਚ ਹਾਂ ਪਿੰਡ ਦਾ। ਪਿੰਡ ਦੇ ਕੰਮ ਬਹੁਤ ਕਰਾਏ, ਬੜਾ ਐਕਟਿਵ ਸੀ ਮੈਂ, ਮਾਹੌਲ ਬਹੁਤ ਵਧੀਆ ਸੀ, ਪਿੰਡ ਦੇ ਕੰਮ ਚੱਲੀ ਜਾਂਦੇ ਸੀ। ਸਰਪੰਚ ਬਣਨ ਤੋਂ ਬਾਅਦ ਹਰ ਕੋਈ ਸਾਡੀ ਪ੍ਰੇਸ ਕਰ ਰਿਹਾ ਸੀ, ਪਰਿਵਾਰ ਵਿੱਚ ਬਹੁਤ ਹੀ ਅੱਛਾ ਮਾਹੌਲ ਸੀ, ਖੁਸ਼ੀ ਸੀ। ਸਾਲ ਪਹਿਲਾਂ ਮੈਨੂੰ ਕਿਡਨੀ ਦੀ ਪ੍ਰੋਬਲਮ ਹੋ ਗਈ, ਉਸ ਤੋਂ ਬਾਅਦ ਮੈਂ ਕੋਈ ਕੰਮ ਨਹੀਂ ਕੀਤਾ। ਜਿੱਥੇ ਵੀ ਸਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਉੱਥੇ ਜਾਓ, ਕਿਡਨੀ ਦੀ ਮੈਡੀਸਿਨ ਮਿਲੇਗੀ, ਅਸੀਂ ਜਾਂਦੇ ਰਹੇ। ਸਾਨੂੰ ਕੋਈ ਵੀ ਫਰਕ ਕਿਤੋਂ ਨਹੀਂ ਪਿਆ, ਸਗੋਂ ਪ੍ਰੋਬਲਮ ਵਧਦੀ ਗਈ। ਪਰਮਾਤਮਾ ਅੱਗੇ ਅਰਦਾਸ ਕਰਦਿਆਂ ਹੋਇਆਂ ਵੀ ਸਾਨੂੰ ਇਹੋ ਜਿਹੇ ਪਰਸਨ ਮਿਲੇ ਵੀ ਜਿਨ੍ਹਾਂ ਨੇ ਸਾਨੂੰ ਬਿਲਕੁਲ ਸਹੀ ਗਾਈਡ ਕੀਤਾ। ਆਉਣ ਤੋਂ ਪਹਿਲਾਂ ਹੀ ਸਰ ਬਾਰੇ ਬਹੁਤ ਕੁਛ ਗੂਗਲ ਵੀ ਕੀਤਾ, ਪਤਾ ਲੱਗਿਆ ਕਿ ਕਿਡਨੀ ਮੈਨ ਆਫ ਇੰਡੀਆ ਨੇ, ਹੋਰ ਵੀ ਸਰ ਨੇ ਕਈ ਕੰਪਲੀਕੇਟਿਡ ਕੇਸ ਨੇ ਜਿਹੜੇ ਸਰ ਨੇ ਸੋਲਵ ਕੀਤੇ ਨੇ। ਜਦੋਂ ਮੈਂ ਪਹਿਲੀ ਵਾਰ ਡਾਕਟਰ ਸਾਹਿਬ ਨੂੰ ਮਿਲਿਆ ਨਾ, ਪਹਿਲਾਂ ਤਾਂ ਮੈਂ ਡਰਦਾ ਸੀ, ਜਦੋਂ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨੇ ਮੇਰੇ ਨਾਲ ਗੱਲਬਾਤ ਇਹੋ ਜਿਹੀ ਕੀਤੀ, ਮੈਂ ਅੱਧਾ ਠੀਕ ਹੋ ਗਿਆ। ਜਦੋਂ ਕਿਡਨੀ ਡੋਨਰ ਦੇ ਟੈਸਟ ਹੁੰਦੇ ਆ ਉਹਦੇ ਵਿੱਚ ਮੈਨੂੰ ਮੇਰੇ ਅੰਦਰ ਸਿਸਟ ਆ ਗਈ। ਡਾਕਟਰ ਸਾਹਿਬ ਨੂੰ ਨੇ ਕਿਹਾ ਕਿ ਪਹਿਲੇ ਇਸ ਸਿਸਟ ਨੂੰ ਰਿਮੂਵ ਕਰਨਾ ਪਏਗਾ, ਫਿਰ ਤੁਸੀਂ ਕਿਡਨੀ ਦਾ ਟ੍ਰਾਂਸਪਲਾਂਟ ਹੋਏਗਾ। ਉਹਨਾਂ ਨੇ ਆਪਰੇਸ਼ਨ ਕੀਤਾ, 750 ਗ੍ਰਾਮ ਦੀ ਉਹ ਸੁਗੜੀ ਕੱਢੀ ਮਾਸ, ਅਤੇ 22 ਦਿਨਾਂ 'ਚ ਮੇਰੀ ਇੰਨੀ ਅੱਛੀ ਮੈਡੀਸਿਨ, ਇੰਨੀ ਅੱਛੀ ਕੇਅਰ ਉਹਨਾਂ ਨੇ ਕੀਤੀ, ਉਂਝ ਵੀ ਹੌਸਲਾ ਦਿੱਤਾ ਅਤੇ ਮੈਂ ਬਿਲਕੁਲ ਸਟੈਂਡ ਹੋ ਗਈ। 6 ਤਰੀਕ ਨੂੰ ਸਾਡਾ ਅਪਰੇਟ ਹੋਇਆ, ਉਸ ਤੋਂ ਬਾਅਦ ਬੜੀ ਅੱਛੀ ਨੋਰਮਲ ਲਾਈਫ ਹੋ ਗਈ ਐਜ਼ ਏ ਡੋਨਰ। ਮੈਂ ਵੀ ਬਹੁਤ ਖੁਸ਼, ਸਾਡੇ ਪਰਿਵਾਰ ਬੱਚੇ, ਮੈਂ ਸਾਡੇ ਪਰਿਵਾਰਿਕ ਮੈਂਬਰ ਸਭ ਬਹੁਤ ਖੁਸ਼ ਸੀ। ਜਦੋਂ ਅਪਰੇਟ ਹੋਇਆ 2 ਦਿਨ ਤਾਂ ਮੈਂ ਬਹੁਤ ਵਧੀਆ ਰਿਹਾ, ਬਾਥਰੂਮ ਵਗੈਰਾ ਬਹੁਤ ਐਂ ਸੋਹਣਾ ਆਉਂਦਾ ਰਿਹਾ ਵਧੀਆ। ਫਿਰ ਉਸ ਤੋਂ ਬਾਅਦ ਮੈਨੂੰ ਸਵੈਲਿੰਗ ਹੋ ਗਈ, ਸਵੈਲਿੰਗ ਇੰਨੀ ਹੋ ਗਈ ਕਿ ਕਿਡਨੀ ਵੀ ਰਿਜੈਕਸ਼ਨ ਕਰ ਗਈ। ਦੇ ਬੋਡੀ ਦੇ ਅੰਦਰ ਫਲਿਊਡ ਕੁਲੈਕਸ਼ਨ ਹੋ ਗਈ, ਬੋਡੀ ਸਵੈਲ ਕਰ ਗਈ, ਸਾਰੀ ਬੋਡੀ 'ਤੇ ਸਵੈਲਿੰਗ ਹੋ ਗਈ। ਇਹ ਮੇਰੇ ਬੇਟੇ ਨੂੰ ਦੱਸਿਆ ਕਿ ਇਹੋ ਜਿਹੀ ਸਿਚੁਏਸ਼ਨ, ਜਿਸ ਸਿਚੁਏਸ਼ਨ 'ਚ ਮੇਰੇ ਹਸਬੈਂਡ ਸੀ, ਜਿਵੇਂ ਸਵੈਲਿੰਗ ਸੀ, ਇਹ ਸਿਚੁਏਸ਼ਨ 'ਚ ਕੋਈ ਕੋਈ ਬੰਦਾ ਹੈ ਜੋ ਆਦਮੀ ਹੈ ਜੋ ਸਰਵਾਈਵ ਕਰ ਪਾਉਂਦਾ ਹੈ। ਬੜੇ ਕਲਾਸਿਕਲ ਸਾਇੰਸ ਥੇ ਰਿਜੈਕਸ਼ਨ ਕੇ, ਰਿਜੈਕਸ਼ਨ ਕੋ ਬਾਇਓਪਸੀ ਕੇ ਦੁਆਰਾ ਡਾਇਗਨੋਸ ਕੀਆ ਗਿਆ ਔਰ ਉਸਕੀ ਟ੍ਰੀਟਮੈਂਟ ਪੂਰੀ ਤਰ੍ਹਾਂ ਸੇ ਕੀ ਗਈ ਔਰ ਜਿਸਕੇ ਬਾਅਦ ਇਹ ਕਿਡਨੀ ਵਿਦਇਨ ਅ ਵੀਕ ਪੂਰੀ ਤਰ੍ਹਾਂ ਸੇ ਰਿਕਵਰ ਹੋ ਗਈ ਔਰ ਇਨਕਾ ਕਿਡਨੀ ਬਿਲਕੁਲ ਕਿਸੀ ਨਾਰਮਲ ਟ੍ਰਾਂਸਪਲਾਂਟ ਕੀ ਤਰ੍ਹਾਂ ਫੰਕਸ਼ਨ ਕਰ ਰਹੀ ਹੈ। ਤੋ ਰਿਜੈਕਸ਼ਨ ਕਾ ਅਰਥ ਯੇ ਨਹੀਂ ਹੋਤਾ ਕਿ ਕਿਡਨੀ ਖਰਾਬ ਹੋ ਗਈ ਜਾਂ ਖਤਮ ਹੋ ਗਈ ਜਾਂ ਉਸਕੇ ਲਈ, ਅਗਰ ਹਮ ਸਹੀ ਸਮੇਂ ਪਰ ਐਂਡ ਵਿਦਇਨ a very limited span of time agar uska sahi tarike se proper diagnose kare aur usko ilaaj kare to rejection puri tarah se treatable hai aur wo kidney bilkul normal tarike se function karti hai। mere
ਮੇਰਾ ਬਹੁਤ ਵਧੀਆ ਕਾਰੋਬਾਰ ਹੈ ਖੇਤੀਬਾੜੀ ਦਾ, ਖੇਤੀਬਾੜੀ ਗੇੜਾ ਮਾਰਾਂਗੇ। ਹੋਰ ਵੈਸੇ ਵੀ ਮੇਰੇ ਨਾਲ ਬਹੁਤ ਪਿੰਡ ਵਾਲਿਆਂ ਦਾ ਪਿਆਰ ਹੈ, ਪਿੰਡ ਵਾਲਿਆਂ ਨੇ ਮੈਨੂੰ ਬੜਾ ਖੁਸ਼ੀ ਨਾਲ ਹੀ ਵੋਟਾਂ ਪਾ ਕੇ ਸਰਪੰਚ ਬਣਾਇਆ ਸੀ। ਅੱਬ ਕਿਡਨੀ ਨੂੰ ਲੈ ਕੇ ਤਾਂ ਮੈਂ ਸੋ ਲਾਨੇ ਆ, ਕੋਈ ਮੈਨੂੰ ਤਕਲੀਫ ਨਹੀਂ, ਬਾਥਰੂਮ ਮੈਨੂੰ ਖੁੱਲ੍ਹਾ ਆਉਂਦਾ, ਵਾਧੂ ਆਉਂਦਾ। ਇਹ ਸਾਡੇ ਵਾਸਤੇ ਨਵਾਂ, ਇਹਨਾਂ ਵਾਸਤੇ ਅਤੇ ਮੇਰੇ ਵਾਸਤੇ ਇੱਕ ਨਵਾਂ ਜੀਵਨ ਹੈ, ਕਿਉਂਕਿ ਇਹਨਾਂ ਦੇ ਨਾਲ ਹੀ ਆ ਮੈਂ ਵਾਂ, ਇਹ ਠੀਕ ਨੇ ਅਤੇ ਮੈਂ ਠੀਕ ਹਾਂ। ਕੋਵਿਡ ਦੇ ਵਿੱਚ ਵੀ ਇਹਨਾਂ ਨੇ ਗਰੀਬ ਲੋਕਾਂ ਦੀ ਜਾਂ ਪਿੰਡ ਵਾਲਿਆਂ ਦੀ ਬਹੁਤ ਮਦਦ ਕੀਤੀ ਹੈ। ਹੋਰ ਵੀ ਇਹ ਜਿੰਨੇ ਕੁ ਪਿੰਡ 'ਚ ਸਾਡੇ ਕੋਈ ਰਿਲੀਜੀਅਸ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਹੁੰਦਾ ਅਤੇ ਐਕਟਿਵ ਹੁੰਦੇ ਨੇ, ਮੈਂ ਉਵੇਂ ਹੀ ਇਹਨਾਂ ਨੂੰ ਦੇਖਣਾ ਚਾਹੁੰਦਾ। ਹੁਣ ਵੀ ਮੈਨੂੰ ਐਂ ਫੀਲ ਹੁੰਦਾ ਵੀ ਇਹ ਠੀਕ ਹੋਏ ਨੇ, ਮੈਂ ਦੁਨੀਆ ਜਿੱਤ ਲਈਏ। ਇਵੇਂ ਹੀ ਅੱਗੇ ਮੈਂ ਵੇਖਣਾ ਚਾਹੁੰਦਾ ਜਿੱਦਾਂ ਕਿ ਅੱਗੇ ਵੀ ਜਾਂਦੇ ਹੁੰਦੇ ਸੀ, ਨਾ ਮੋਰਨਿੰਗ ਉੱਠਣਾ, ਖੇਤ ਗੇੜਾ ਮਾਰਨਾ ਪਿੰਡ 'ਚ। ਡਾਕਟਰ ਸਾਹਿਬ ਦਾ ਸਾਰਾ ਸਟਾਫ, ਜਿੰਨੀ ਟੀਮ ਹੈ, ਬੜੀ ਭਰੋਸੇ ਵਾਲੀ ਅਤੇ ਬਹੁਤ ਹੀ ਚੰਗੀ, ਅਤੇ ਡਾਕਟਰ ਸਾਹਿਬ ਦਾ ਤਾਂ ਮੌਲਿਕ ਹੋਣੇ ਦੂਜਾ ਰੱਬ ਦਾ ਰੂਪ ਹੈ। ਜੋ ਲਾਈਫ ਹੈ ਉਹ ਟਰਾਂਸਪਲਾਂਟ ਦੇ ਨਾਲ ਹੀ ਹੈ। ਜੇ ਕਿਡਨੀ ਦੀ ਰਿਜੈਕਸ਼ਨ ਹੋ ਵੀ ਜਾਂਦੀ ਹੈ ਤਾਂ ਕਿਸੇ ਨੂੰ ਘਬਰਾਉਣਾ ਨਹੀਂ ਚਾਹੀਦਾ, ਡਾਕਟਰ ਅੱਛੇ ਹੋਣੇ ਚਾਹੀਦੇ ਹੈ। ਬਾਕੀ ਆਪਾਂ ਨੂੰ ਕਿਸੇ ਵੀ ਸਿਚੁਏਸ਼ਨ 'ਚ ਹੌਸਲਾ ਨਹੀਂ ਹਾਰਨਾ ਚਾਹੀਦਾ, ਹੈ ਤਾਂ ਪਰਮਾਤਮਾ ਦੇ ਹੱਥ, ਲੇਕਿਨ ਡਾਕਟਰ ਵੀ ਅੱਜ ਕੱਲ੍ਹ ਰੱਬ ਦੇ ਦੂਸਰੇ ਰੂਪ ਨੇ, ਸਪੈਸ਼ਲੀ ਇਹੋ ਜਿਹੇ ਡਾਕਟਰ ਜਿਹੜੇ ਦੇਖਣ ਨੂੰ ਹੀ ਰੱਬ ਵਰਗੇ ਨੇ। ਬਹੁਤ ਵਧੀਆ ਪ੍ਰਿਆਦਰਸ਼ੀ ਰੰਜਨ, ਜਦੋਂ ਮਰਜ਼ੀ ਕੋਈ ਆਵੇ ਮੈਂ ਤਾਂ ਬਹੁਤ ਖੁਸ਼ ਹਾਂ ਉਹਨਾਂ ਦੇ, ਮੈਨੂੰ ਤਾਂ ਉਹਨਾਂ ਨੇ ਬਚਾ ਤਾ।